ਹਾਂਜੀ ਸਵਾਗਤ ਕੀਤਾ ਜਾਂਦਾ ਹੈ ਜੀ ਤੁਹਾਡਾ ਸਾਡੇ YouTube ਚੈਨਲ EJ Malwa Education ਤੇ ਅੱਜ ਆਪਣਾ ਟੌਪਿਕ ਹੈ ਮੌਲਿਕ ਅਧਿਕਾਰ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਪ੍ਰਸ਼ਨ ਨੰਬਰ ਪਹਿਲਾ ਮੌਲਿਕ ਅਧਿਕਾਰ ਸੰਵਿਧਾਨ ਦੇ ਕਿਸ ਭਾਗ ਨਾਲ ਸੰਬੰਧਿਤ ਹਨ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ E D ਮੌਲਿਕ ਅਧਿਕਾਰ ਸੰਵਿਧਾਨ ਦੇ ਤੀਜੇ ਭਾਗ ਨਾਲ ਸੰਬੰਧਿਤ ਹਨ ਪ੍ਰਸ਼ਨ ਨੰਬਰ 2 ਮੌਲਿਕ ਅਧਿਕਾਰਾਂ ਨੂੰ ਸਭ ਤੋਂ ਪਹਿਲਾਂ ਮਹਾਨਤਾ ਕਿਸ ਦੇਸ਼ ਨੇ ਦਿੱਤੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਆੜਾ ਅਮਰੀਕਾ ਨੇ ਅਮਰੀਕਾ ਨੇ ਸਭ ਤੋਂ ਪਹਿਲਾਂ ਮੌਲਿਕ ਅਧਿਕਾਰਾਂ ਨੂੰ ਮਹਾਨਤਾ ਦਿੱਤੀ ਸੀ ਪ੍ਰਸ਼ਨ ਨੰਬਰ 3 ਮੂਲ ਅਧਿਕਾਰ ਗਿਣਤੀ ਵਿੱਚ ਕਿੰਨੇ ਸਨ ਤਾਂ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਆਪਣੇ ਤੋਂ ਪੁੱਛਿਆ ਗਿਆ ਹੈ ਮੂਲ ਅਧਿਕਾਰ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਊੜਾ 7 ਜੇਕਰ ਗੱਲ ਕੀਤੀ ਜਾਵੇ ਕਿ ਇਸ ਟਾਈਮ ਮੌਲਿਕ ਅਧਿਕਾਰਾਂ ਦੀ ਗਿਣਤੀ ਕਿੰਨੀ ਹੈ ਤਾਂ ਉਹ 6 ਹੈ ਜੇਕਰ ਮੂਲ ਪੁੱਛਿਆ ਜਾਵੇ ਮੂਲ ਮਤਲਬ ਸ਼ੁਰੂ ਤੋਂ ਤਾਂ ਉਸ ਟਾਈਮ ਮੌਲਿਕ ਅਧਿਕਾਰਾਂ ਦੀ ਗਿਣਤੀ 7 ਸੀ ਪ੍ਰਸ਼ਨ ਨੰਬਰ 4 ਭਾਰਤ ਨੇ ਮੌਲਿਕ ਅਧਿਕਾਰਾਂ ਨੂੰ ਕਿਹੜੇ ਦੇਸ਼ ਤੋਂ ਗ੍ਰਹਿਣ ਕੀਤਾ ਹੈ ਤਾਂ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਈਡੀ ਅਮਰੀਕਾ ਤੋਂ ਭਾਰਤ ਦੇ ਮੌਲਿਕ ਅਧਿਕਾਰ ਅਮਰੀਕਾ ਤੋਂ ਗ੍ਰਹਿਣ ਕੀਤੇ ਹਨ ਪ੍ਰਸ਼ਨ ਨੰਬਰ 5 ਮੌਲਿਕ ਅਧਿਕਾਰ ਕਿਹੜੇ ਆਰਟੀਕਲ ਦੇ ਅਧੀਨ ਆਉਂਦੇ ਹਨ ਤਾਂ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਊੜਾ ਮੌਲਿਕ ਅਧਿਕਾਰ 12 ਤੋਂ 35 ਆਰਟੀਕਲ ਨਾਲ ਸੰਬੰਧਿਤ ਹਨ ਪ੍ਰਸ਼ਨ ਨੰਬਰ 6 ਕਿਹੜੇ ਅਧਿਕਾਰ ਨੂੰ ਖਤਮ ਕੀਤਾ ਗਿਆ ਹੈ ਵੈਰੀ ਇੰਪੋਰਟੈਂਟ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਸ ਸੰਪਤੀ ਦਾ ਅਧਿਕਾਰ ਪਹਿਲਾਂ ਇਹਨਾਂ ਦੀ ਗਿਣਤੀ 7 ਸੀ ਤਾਂ ਸੰਪਤੀ ਦਾ ਅਧਿਕਾਰ ਖਤਮ ਕਰਤਾ ਤਾਂ ਹੁਣ ਮੂਲਕ ਅਧਿਕਾਰਾਂ ਦੀ ਗਿਣਤੀ 6 ਰਹਿ ਗਈ ਪ੍ਰਸ਼ਨ ਨੰਬਰ 7 ਮਾਲਕ ਅਧਿਕਾਰਾਂ ਨੂੰ ਰੱਦ ਕੌਣ ਕਰ ਸਕਦਾ ਹੈ ਵੈਰੀ ਇੰਪੋਰਟੈਂਟ ਹੈ ਜੀ ਇਹ ਵੀ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਊੜਾ ਰਾਸ਼ਟਰਪਤੀ ਰਾਸ਼ਟਰਪਤੀ ਮਾਲਕ ਅਧਿਕਾਰਾਂ ਨੂੰ ਰੱਦ ਕਰ ਸਕਦਾ ਹੈ ਮਤਲਬ ਖਤਮ ਕਰ ਸਕਦਾ ਹੈ ਪ੍ਰਸ਼ਨ ਨੰਬਰ 8 ਸੰਪਤੀ ਦੇ ਅਧਿਕਾਰ ਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਹੈ ਜੋ ਹੁਣ ਕਿਸ ਆਰਟੀਕਲ ਦੇ ਅਧੀਨ ਆਉਂਦਾ ਹੈ ਤਾਂ ਆਪਾਂ ਨੂੰ ਪਤਾ ਹੈ ਸੰਪਤੀ ਦਾ ਅਧਿਕਾਰ ਖਤਮ ਕੀਤਾ ਹੈ ਉਸ ਨੂੰ ਕਾਨੂੰਨੀ ਅਧਿਕਾਰ ਬਣਾਤਾ ਤਾਂ ਉਹ ਹੁਣ ਕਿਸ ਆਰਟੀਕਲ ਦੇ ਅਧੀਨ ਆਉਂਦਾ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਆੜਾ ਸੰਪਤੀ ਦਾ ਅਧਿਕਾਰ ਆਰਟੀਕਲ 300A ਦੇ ਅਧੀਨ ਆਉਂਦਾ ਹੈ ਪ੍ਰਸ਼ਨ ਨੰਬਰ 9 ਸਮਾਨਤਾ ਦਾ ਅਧਿਕਾਰ ਕਿਹੜੇ ਆਰਟੀਕਲ ਅਧੀਨ ਆਉਂਦਾ ਹੈ ਤਾਂ ਆਪਾਂ ਨੂੰ ਪਤਾ ਹੈ 6 ਪ੍ਰਕਾਰ ਦੇ ਆਪਾਂ ਨੂੰ ਮੌਲਿਕ ਅਧਿਕਾਰ ਪ੍ਰਾਪਤ ਹਨ ਤਾਂ ਉਹਨਾਂ ਵਿੱਚੋਂ ਪਹਿਲਾ ਹੈ ਸਮਾਨਤਾ ਦਾ ਅਧਿਕਾਰ ਸਮਾਨਤਾ ਦਾ ਅਧਿਕਾਰ ਕਿਹੜੇ ਆਰਟੀਕਲ ਦੇ ਅਧੀਨ ਆਉਂਦਾ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਉੜਾ ਆਰਟੀਕਲ 14 ਤੋਂ ਲੈ ਕੇ 18 ਤੱਕ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹੈ। ਪ੍ਰਸ਼ਨ ਨੰਬਰ 10 ਸਤੰਤਰਤਾ ਦਾ ਅਧਿਕਾਰ ਕਿਹੜੇ ਆਰਟੀਕਲ ਦੇ ਅਧੀਨ ਆਉਂਦਾ ਹੈ? ਪਹਿਲਾਂ ਆਪਾਂ ਗੱਲ ਕੀਤੀ ਸੀ ਸਮਾਨਤਾ ਦਾ ਅਧਿਕਾਰ ਜੋ ਕਿ ਆਰਟੀਕਲ 14 ਤੋਂ 18 ਤੱਕ ਸੀ। ਹੁਣ ਆਪਾਂ ਗੱਲ ਕੀਤੀ ਹੈ ਸਤੰਤਰਤਾ ਦਾ ਅਧਿਕਾਰ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਊੜਾ ਆਰਟੀਕਲ 19 ਤੋਂ 22 ਤੱਕ ਸਤੰਤਰਤਾ ਦਾ ਅਧਿਕਾਰ ਆਰਟੀਕਲ 19 ਤੋਂ 22 ਤੱਕ ਸਬੰਧਿਤ ਹੈ ਪ੍ਰਸ਼ਨ ਨੰਬਰ 11 ਸ਼ੋਸ਼ਣ ਦੇ ਵਿਰੁੱਧ ਅਧਿਕਾਰ ਕਿਹੜੇ ਆਰਟੀਕਲ ਦੇ ਅਧੀਨ ਆਉਂਦਾ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਊੜਾ ਆਰਟੀਕਲ 23 ਤੋਂ ਆਰਟੀਕਲ 24 ਤੱਕ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਆਰਟੀਕਲ 23 ਤੇ ਆਰਟੀਕਲ 24 ਪ੍ਰਸ਼ਨ ਨੰਬਰ 12 ਧਰਮ ਦੀ ਸੁਤੰਤਰਤਾ ਅਧਿਕਾਰ ਕਿਹੜੇ ਆਰਟੀਕਲ ਦੇ ਅਧੀਨ ਆਉਂਦਾ ਹੈ ਮਤਲਬ ਕਿ ਆਪਾਂ ਨੂੰ ਧਰਮ ਦੀ ਸਵਤੰਤਰਤਾ ਹੈ ਆਪਾਂ ਕੋਈ ਵੀ ਧਰਮ ਅਪਣਾ ਸਕਦੇ ਹਾਂ ਕੋਈ ਵੀ ਧਰਮ ਛੱਡ ਸਕਦੇ ਹਾਂ ਤਾਂ ਧਰਮ ਦੀ ਸਵਤੰਤਰਤਾ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਊੜਾ 25 ਤੋਂ 28 ਤੱਕ ਧਰਮ ਦੀ ਸਵਤੰਤਰਤਾ ਨਾਲ ਸੰਬੰਧਿਤ ਆਰਟੀਕਲ ਹਨ 25 ਤੋਂ 28 ਤੱਕ ਪ੍ਰਸ਼ਨ ਨੰਬਰ 13 ਸਭਿਆਚਾਰ ਤੇ ਵਿਦਿਅਕ ਅਧਿਕਾਰ ਕਿਹੜੇ ਆਰਟੀਕਲ ਦੇ ਅਧੀਨ ਆਉਂਦਾ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਊੜਾ ਆਰਟੀਕਲ 29 ਆਰਟੀਕਲ 30 ਸਭਿਆਚਾਰ ਤੇ ਵਿਦਿਅਕ ਅਧਿਕਾਰ ਆਰਟੀਕਲ ਸੰਬੰਧਿਤ ਹੈ 29 ਤੇ ਆਰਟੀਕਲ 30 ਪ੍ਰਸ਼ਨ ਨੰਬਰ 14 ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਕਿਹੜੇ ਆਰਟੀਕਲ ਦੇ ਅਧੀਨ ਆਉਂਦਾ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਊੜਾ 32 ਤੋਂ 35 ਤੱਕ ਪ੍ਰਸ਼ਨ ਨੰਬਰ 15 ਮੌਲਿਕ ਅਧਿਕਾਰਾਂ ਦਾ ਰਖਕ ਕੌਣ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਜੇਕਰ ਆਪਣੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੌਣ ਕਰਦਾ ਹੈ? ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਆੜਾ ਸੁਪਰੀਮ ਕੋਰਟ ਸੁਪਰੀਮ ਕੋਰਟ ਮੌਲਿਕ ਅਧਿਕਾਰਾਂ ਦੀ ਰਖਕ ਮੰਨੀ ਜਾਂਦੀ ਹੈ। ਪ੍ਰਸ਼ਨ ਨੰਬਰ 16 ਕਿਹੜੇ ਆਰਟੀਕਲ ਨੂੰ ਅਧਿਕਾਰਾਂ ਦੀ ਰੂਹ ਅਤੇ ਆਤਮਾ ਕਿਹਾ ਜਾਂਦਾ ਹੈ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਊੜਾ ਆਰਟੀਕਲ 32 ਆਰਟੀਕਲ 32 ਨੂੰ ਮੌਲਿਕ ਅਧਿਕਾਰਾਂ ਦੀ ਰੂਹ ਅਤੇ ਆਤਮਾ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 17 ਸੰਵਿਧਾਨ ਦੀ ਕਿਹੜੀ ਸੋਧ ਰਾਹੀਂ ਮੌਲਿਕ ਅਧਿਕਾਰਾਂ ਦੀ ਗਿਣਤੀ 7 ਤੋਂ 6 ਕੀਤੀ ਗਈ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਆਪਾਂ ਨੂੰ ਪਤਾ ਹੈ ਮੌਲਿਕ ਅਧਿਕਾਰਾਂ ਦੀ ਪਹਿਲਾਂ ਗਿਣਤੀ 7 ਸੀ ਹੁਣ ਮੌਲਿਕ ਅਧਿਕਾਰ 6 ਨੇ ਤਾਂ ਇਹ ਗਿਣਤੀ ਕਿਹੜੀ ਸੰਵਿਧਾਨਕ ਸੋਧ ਵਿੱਚ ਘਟਾਈ ਗਈ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਹੈ ਆਪਸ਼ਨ ਆੜਾ 42ਵੀਂ ਸੋਧ 42ਵੀਂ ਸੋਧ ਰਾਹੀਂ ਮੌਲਿਕ ਅਧਿਕਾਰਾਂ ਦੀ ਗਿਣਤੀ 7 ਤੋਂ ਘਟਾ ਕੇ 6 ਕੀਤੀ ਗਈ। ਪ੍ਰਸ਼ਨ ਨੰਬਰ 18 ਅਧਿਕਾਰਾਂ ਨਾਲ ਸੰਬੰਧਿਤ 42ਵੀਂ ਸੋਧ ਕਦੋਂ ਹੋਈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਸਸਾ 42ਵੀਂ ਸੋਧ 1978 ਇਸਵੀ ਵਿੱਚ ਹੋਈ ਜੋ ਕਿ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਸੀ। ਪ੍ਰਸ਼ਨ ਨੰਬਰ 19 ਕਿਹੜਾ ਆਰਟੀਕਲ ਸ਼ੂਤਛਾਤ ਦਾ ਖਾਤਮਾ ਕਰਦਾ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਇਹ ਅਕਸਰ ਆਪਾਂ ਨੂੰ ਪੇਪਰ ਵਿੱਚ ਦੇਖਣ ਨੂੰ ਮਿਲਦਾ ਹੈ। ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਸ 17 ਆਰਟੀਕਲ 17 ਸ਼ੂਤਛਾਤ ਦਾ ਖਾਤਮਾ ਕਰਦਾ ਹੈ। ਪ੍ਰਸ਼ਨ ਨੰਬਰ V ਕਿਹੜਾ ਆਰਟੀਕਲ ਉਪਾਦੀ ਜਾਂ ਖਿਤਾਬਾਂ ਦਾ ਖਾਤਮਾ ਕਰਦਾ ਹੈ? ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਸ ਆਰਟੀਕਲ 18 ਆਰਟੀਕਲ 18 ਉਪਾਦੀ ਜਾਂ ਖਿਤਾਬਾਂ ਦਾ ਖਾਤਮਾ ਕਰਦਾ ਹੈ। ਰਸ਼ਨ ਨੰਬਰ 21 ਆਰਟੀਕਲ 19 ਦੇ ਅਧੀਨ ਕਿੰਨੇ ਤਰ੍ਹਾਂ ਦੀ ਸੁਤੰਤਰਤਾ ਦਿੱਤੀ ਗਈ ਹੈ ਆਪਾਂ ਨੂੰ ਪਤਾ ਹੈ ਸੁਤੰਤਰਤਾ ਦਾ ਅਧਿਕਾਰ ਆਰਟੀਕਲ 19 ਤੋਂ 22 ਤੱਕ ਹੈ ਤਾਂ ਆਪਾਂ ਨੂੰ ਇੱਥੇ ਪੁੱਛਿਆ ਹੈ ਆਰਟੀਕਲ 19 ਦੇ ਅਧੀਨ ਕਿੰਨੇ ਤਰ੍ਹਾਂ ਦੀ ਸੁਤੰਤਰਤਾ ਦਿੱਤੀ ਗਈ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਆੜਾ ਛੇ ਪ੍ਰਕਾਰ ਦੀ ਆਰਟੀਕਲ 19 ਦੇ ਅਧੀਨ ਛੇ ਪ੍ਰਕਾਰ ਦੀ ਸੁਤੰਤਰਤਾ ਹੈ ਉਹ ਹੈ ਨੰਬਰ 1 ਪ੍ਰੈਸ ਦੀ ਸੁਤੰਤਰਤਾ ਨੰਬਰ 2 ਭਾਸ਼ਣ ਦੇਣ ਦੀ ਸੁਤੰਤਰਤਾ ਨੰਬਰ 3 ਸਮੂਹ ਬਣਾਉਣ ਦੀ ਸੁਤੰਤਰਤਾ ਨੰਬਰ 4 ਘੁੰਮਣ ਫਿਰਨ ਦੀ ਆਜ਼ਾਦੀ ਨੰਬਰ 5 ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਜਬ ਵਪਾਰ ਕਰਨ ਦੀ ਆਜ਼ਾਦੀ ਨੰਬਰ 6 ਬਿਨ ਹਥਿਆਰਾਂ ਤੋਂ ਸਭਾ ਬੁਲਾਉਂਦੀ ਸੁਤੰਤਰਤਾ ਤਾਂ ਆਪਣੇ ਕੋਲ ਆਰਟੀਕਲ 19 ਦੇ ਅਧੀਨ 6 ਪ੍ਰਕਾਰ ਦੀ ਸੁਤੰਤਰਤਾ ਹੈ। ਪ੍ਰਸ਼ਨ ਨੰਬਰ 22 ਕਿਹੜੇ ਆਰਟੀਕਲ ਨੂੰ ਜੀਵਨ ਦਾ ਅਧਿਕਾਰ ਕਿਹਾ ਜਾਂਦਾ ਹੈ? ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਈਡੀ ਆਰਟੀਕਲ 21 ਆਰਟੀਕਲ 21 ਨੂੰ ਜੀਵਨ ਦਾ ਅਧਿਕਾਰ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 23 ਮਨੁੱਖੀ ਵਪਾਰ ਤੇ ਰੋਕ ਕਿਹੜਾ ਆਰਟੀਕਲ ਲਾਉਂਦਾ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਸਸ ਆਰਟੀਕਲ 23 ਮਨੁੱਖੀ ਵਪਾਰ ਤੇ ਰੋਕ ਲਗਾਉਂਦਾ ਹੈ। ਆਰਟੀਕਲ 23 ਦੇ ਅਧੀਨ ਮਨੁੱਖੀ ਵਪਾਰ ਤੇ ਰੋਕ ਲਗਾਈ ਹੈ। ਮਤਲਬ ਕਿ ਆਪਾਂ ਮਨੁੱਖ ਨੂੰ ਵੇਚ ਨਹੀਂ ਸਕਦੇ। ਜਾਂ ਫਿਰ ਕਿਸੇ ਵੀ ਮਨੁੱਖ ਨੂੰ ਆਪਾਂ ਬੰਧੂਆ ਮਜ਼ਦੂਰ ਬਣਾ ਕੇ ਨਹੀਂ ਰੱਖ ਸਕਦੇ। ਤੇ ਜੇਕਰ ਗੱਲ ਕਰੀ ਜਾਵੇ ਉਸਦੀ ਮਜ਼ਦੂਰੀ ਦੀ ਤਾਂ ਐਸਾ ਆਰਟੀਕਲ ਦੇ ਅਧੀਨ ਆਪਾਂ ਕਿਸੇ ਵੀ ਮਜ਼ਦੂਰ ਦੀ ਮਜ਼ਦੂਰੀ ਨਹੀਂ ਰੱਖ ਸਕਦੇ ਆਪਾਂ ਮਨੁੱਖ ਤੋਂ ਬਿਨਾ ਵੇਤਨ ਦਿੱਤੇ ਕੰਮ ਨਹੀਂ ਕਰਵਾ ਸਕਦੇ ਤਾਂ ਆਰਟੀਕਲ 23 ਮਨੁੱਖੀ ਵਪਾਰ ਤੇ ਰੋਕ ਲਗਾਉਂਦਾ ਹੈ ਪ੍ਰਸ਼ਨ ਨੰਬਰ 24 ਵੈਰੀ ਇੰਪੋਰਟੈਂਟ ਬਾਲ ਮਜ਼ਦੂਰੀ ਤੇ ਰੋਕ ਕਿਹੜਾ ਆਰਟੀਕਲ ਲਗਾਉਂਦਾ ਹੈ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਊੜਾ ਆਪਾਂ ਕਿਸੇ ਵੀ ਬੱਚੇ ਤੋਂ ਕਿਸੇ ਵੀ ਪ੍ਰਕਾਰ ਦਾ ਕੰਮ ਨਹੀਂ ਲੈ ਸਕਦੇ ਬਾਲ ਮਜ਼ਦੂਰੀ ਤੇ ਰੋਕ ਆਰਟੀਕਲ 24 ਲਗਾਉਂਦਾ ਹੈ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 25 ਸਿੱਖਿਆ ਦਾ ਅਧਿਕਾਰ ਕਿਹੜੀ ਸੋਧ ਰਾਹੀਂ ਪ੍ਰਾਪਤ ਹੋਇਆ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਈਡੀ ਸਿੱਖਿਆ ਦਾ ਅਧਿਕਾਰ 86ਵੀਂ ਸੋਧ ਰਾਹੀਂ ਪ੍ਰਾਪਤ ਹੋਇਆ ਹੈ ਪ੍ਰਸ਼ਨ ਨੰਬਰ 26 ਸਿੱਖਿਆ ਨਾਲ ਸੰਬੰਧਿਤ 86ਵੀਂ ਸੋਧ ਕਦੋਂ ਹੋਈ ਵੈਰੀ ਇੰਪੋਰਟੈਂਟ ਹੈ ਆਪਣੇ ਕੋਲ ਰਾਈਟ ਆਨਸਰ ਹੈ অপশন ਆੜਾ 2002 ਵਿੱਚ ਜੋ ਸਿੱਖਿਆ ਨਾਲ ਸੰਬੰਧਿਤ ਅਧਿਕਾਰ ਪ੍ਰਾਪਤ ਹੋਇਆ ਆਪਾਂ ਨੂੰ ਉਹ 2002 ਵਿੱਚ ਹੋਇਆ ਹੈ ਤੇ 86ਵੀਂ ਸੋਧ ਰਾਹੀਂ ਪ੍ਰਸ਼ਨ ਨੰਬਰ 27 ਸੰਵਿਧਾਨ ਦਾ ਪਹਿਲਾ ਭਾਗ ਕਿਸ ਨਾਲ ਸੰਬੰਧਿਤ ਹੈ ਆਪਣੇ ਕੋਲ ਰਾਈਟ ਆਨਸਰ ਹੈ অপশন ਸਾ ਸੰਘ ਨਾਲ ਸੰਵਿਧਾਨ ਦਾ ਜੋ ਪਹਿਲਾ ਭਾਗ ਹੈ ਉਹ ਸੰਘ ਨਾਲ ਸੰਬੰਧਿਤ ਹੈ ਪ੍ਰਸ਼ਨ ਨੰਬਰ 28 ਸੰਵਿਧਾਨ ਦੇ ਭਾਗ 1 ਨਾਲ ਸੰਬੰਧਿਤ ਕਿਹੜੇ ਆਰਟੀਕਲ ਹਨ ਆਪਾਂ ਨੂੰ ਪਤਾ ਹੈ ਸੰਵਿਧਾਨ ਦਾ ਪਹਿਲਾ ਭਾਗ ਸੰਗ ਨਾਲ ਸਬੰਧਤ ਹੈ ਜੋ ਕਿ ਆਪਾਂ ਪਿਛਲੇ ਪ੍ਰਸ਼ਨ ਵਿੱਚ ਪੜਿਆ ਹੈ ਤਾਂ ਉਸ ਨਾਲ ਸਬੰਧਤ ਆਰਟੀਕਲ ਕਿਹੜੇ ਹਨ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਆੜਾ ਆਰਟੀਕਲ 1 ਤੋਂ ਲੈ ਕੇ ਆਰਟੀਕਲ 4 ਤੱਕ ਸੰਵਿਧਾਨ ਦੇ ਪਹਿਲੇ ਭਾਗ ਨਾਲ ਸਬੰਧਤ ਹਨ ਪ੍ਰਸ਼ਨ ਨੰਬਰ 29 ਸंवਿਧਾਨ ਦੇ ਭਾਗ 2 ਨਾਲ ਸੰਬੰਧਿਤ ਆਰਟੀਕਲ ਕਿਹੜੇ ਹਨ ਤੇ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ 우ੜਾ ਆਰਟੀਕਲ 5 ਤੋਂ ਆਰਟੀਕਲ 11 ਤੱਕ ਭਾਗ ਪਹਿਲੇ ਨਾਲ ਸੰਬੰਧਿਤ ਸਨ ਆਰਟੀਕਲ 1 ਤੋਂ ਲੈ ਕੇ ਆਰਟੀਕਲ 4 ਤੱਕ 2 ਨਾਲ ਸੰਬੰਧਿਤ ਹਨ 5 ਤੋਂ ਲੈ ਕੇ 11 ਤੱਕ ਰਸ਼ਨ ਨੰਬਰ 3 ਆਰਟੀਕਲ 5 ਤੋਂ ਆਰਟੀਕਲ 11 ਕਿਸ ਨਾਲ ਸੰਬੰਧਿਤ ਹਨ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਸਾ ਨਾਗਰਿਕਤਾ ਨਾਲ ਸੰਬੰਧਿਤ ਹਨ ਆਰਟੀਕਲ 5 ਤੋਂ ਆਰਟੀਕਲ 11 ਨਾਗਰਿਕਤਾ ਨਾਲ ਸੰਬੰਧਿਤ ਹਨ ਜੇਕਰ ਗੱਲ ਕਰੀਏ ਭਾਰਤ ਵਿੱਚ ਕਿੰਨੇ ਤਰ੍ਹਾਂ ਦੀ ਨਾਗਰਿਕਤਾ ਨਾਗਰਿਕਾਂ ਨੂੰ ਦਿੱਤੀ ਗਈ ਹੈ ਤਾਂ ਭਾਰਤ ਵਿੱਚ ਨਾਗਰਿਕਾਂ ਨੂੰ ਕਿਹੜੀ ਨਾਗਰਿਕਤਾ ਪ੍ਰਾਪਤ ਹੈ ਉਹ ਕੱਲੇ ਭਾਰਤ ਦੇ ਹੀ ਨਾਗਰਿਕ ਹਨ ਕਿਸੇ ਸਟੇਟ ਦੇ ਉਹ ਸਟੇਟ ਦੀ ਉਹਨਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਗਈ ਪ੍ਰਸ਼ਨ ਨੰਬਰ 31 ਨਾਗਰਿਕਤਾ ਨਾਲ ਸੰਬੰਧਿਤ ਆਰਟੀਕਲ 5 ਤੋਂ 11 ਤੱਕ ਹਨ ਇਹਨਾਂ ਵਿੱਚੋਂ ਕਿਹੜੇ ਆਰਟੀਕਲ ਵਿੱਚ ਸੋਧ ਕਰਨ ਦੀ ਸ਼ਕਤੀ ਸੰਸਦ ਕੋਲ ਹੈ ਤਾਂ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਆਪਾਂ ਨੂੰ ਪਤਾ ਹੈ ਨਾਗਰਿਕਤਾ ਨਾਲ ਸੰਬੰਧਿਤ ਆਰਟੀਕਲ 5 ਤੋਂ 11 ਹਨ ਜੋ ਕਿ ਸੰਵਿਧਾਨ ਦੇ ਦੂਜੇ ਭਾਗ ਨਾਲ ਸੰਬੰਧਿਤ ਹਨ ਤਾਂ 5 ਤੋਂ 11 ਤੱਕ ਇਕ ਅਜਿਹਾ ਆਰਟੀਕਲ ਹੈ ਜਿਸ ਵਿੱਚ ਸੋਧ ਕਰਨ ਦੀ ਸ਼ਕਤੀ ਸਿਰਫ ਸੰਸਦ ਕੋਲ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਈਡੀ ਆਰਟੀਕਲ 11 ਆਰਟੀਕਲ 11 ਵਿੱਚ ਸੋਧ ਕਰਨ ਦੀ ਸ਼ਕਤੀ ਸਿਰਫ ਸੰਸਦ ਕੋਲ ਹੈ ਪ੍ਰਸ਼ਨ ਨੰਬਰ 32 ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਹੜੇ ਆਰਟੀਕਲ ਦੇ ਅਧੀਨ ਆਉਂਦੇ ਹਨ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ E 36 ਤੋਂ 51 ਤੱਕ 36 ਤੋਂ 51 ਤੱਕ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰਾਂ ਦੀ ਤਰ੍ਹਾਂ ਹੁੰਦੇ ਹਨ ਪਰ ਜੇਕਰ ਸਾਡੇ ਮੌਲਿਕ ਅਧਿਕਾਰਾਂ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਆਪਾਂ ਇਹਨਾਂ ਨੂੰ ਲਾਗੂ ਕਰਵਾਉਣ ਲਈ ਸਰਵਉੱਚ ਅਦਾਲਤ ਮਤਲਬ ਕਿ ਸੁਪਰੀਮ ਕੋਰਟ ਵਿੱਚ ਜਾ ਸਕਦੇ ਹਾਂ ਪਰ ਜੇਕਰ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਆਪਾਂ ਇਹਨਾਂ ਨੂੰ ਸਪਰੀਮ ਕੋਰਟ ਵਿੱਚ ਜਾ ਕੇ ਸੁਰੱਖਿਅਤ ਨਹੀਂ ਕਰਵਾ ਸਕਦੇ ਪ੍ਰਸ਼ਨ ਨੰਬਰ 33 ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਤੋਂ ਲਏ ਗਏ ਹਨ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਹੈ ਆਪਸ਼ਨ ਸ ਆਇਰਲੈਂਡ ਤੋਂ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਆਇਰਲੈਂਡ ਤੋਂ ਲਏ ਗਏ ਹਨ ਪ੍ਰਸ਼ਨ ਨੰਬਰ 34 ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਸੰਵਿਧਾਨ ਦੇ ਕਿਹੜੇ ਭਾਗ ਨਾਲ ਸਬੰਧਤ ਹਨ ਤਾਂ ਆਪਣੇ ਕੋਲ ਰਾਈਟ ਆਨਸਰ ਹੈ ਆਪਸ਼ਨ ਸ ਭਾਗ ਚੌਥਾ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਸੰਵਿਧਾਨ ਦੇ ਚੌਥੇ ਭਾਗ ਨਾਲ ਸਬੰਧਤ ਹਨ ਸੰਵਿਧਾਨ ਦਾ ਪਹਿਲਾ ਭਾਗ ਸੰਘ ਨਾਲ ਸਬੰਧਤ ਹੈ ਦੂਜਾ ਭਾਗ ਨਾਗਰਿਕਤਾ ਬਾਰੇ ਹੈ ਤੀਜੇ ਭਾਗ ਨਾਲ ਸਬੰਧਤ ਮੌਲਿਕ ਅਧਿਕਾਰ ਹਨ ਚੌਥੇ ਭਾਗ ਨਾਲ ਸਬੰਧਤ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ ਪ੍ਰਸ਼ਨ ਨੰਬਰ 35 ਤੇ ਇਸ ਵੀਡੀਓ ਦਾ ਆਖਰੀ ਪ੍ਰਸ਼ਨ ਕੀ ਧਰਮ ਨੂੰ ਛੱਡਣਾ ਜਾਂ ਅਪਣਾਉਣਾ ਸੰਵਿਧਾਨ ਦੇ ਤੀਜੇ ਭਾਗ ਦੀ ਉਲੰਘਣਾ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਹੈ অপਸ਼ਨ ਆੜਾ ਨਹੀਂ ਕਿਉਂਕਿ ਆਪਾਂ ਨੂੰ ਧਰਮ ਅਪਣਾਉਣ ਦੀ ਸੁਤੰਤਰਤਾ ਹੈ ਆਪਾਂ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਾਂ ਕਿਸੇ ਵੀ ਧਰਮ ਨੂੰ ਆਪਾਂ ਛੱਡ ਸਕਦੇ ਹਾਂ ਤਾਂ ਇਹ ਆਪਣੇ ਕੋਲ ਰਾਈਟ ਹੈ ਤਾਂ ਆਪਣੇ ਕੋਲ ਰਾਈਟ ਆਨਸਰ ਬਣੂਗਾ ਨਹੀਂ অপশন আੜਾ ਕਿਉਂਕਿ ਕੋਈ ਵੀ ਧਰਮ ਆਪਾਂ ਛੱਡਦੇ ਹਾਂ ਜਾਂ ਅਪਣਾਉਂਦੇ ਹਾਂ ਤਾਂ ਉਹ ਸੰਵਿਧਾਨ ਦੇ ਤੀਜੇ ਭਾਗ ਦੀ ਉਲੰਘਣਾ ਨਹੀਂ ਕਰਦਾ ਹਾਂਜੀ ਤੁਹਾਡੇ ਲਈ ਇਨਫੋਰਮੇਸ਼ਨ ਪੰਜਾਬ ਪੁਲਿਸ ਫਟਵਾਰੀ ਪੀਐਸ ਟਟ ਅਤੇ ਪੰਜਾਬ ਪਦਰ ਤੇ ਹੋਣ ਵਾਲੀਆਂ ਮੁਕਾਬਲਾ ਪ੍ਰੀਖਿਆਵਾਂ ਦੀ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਚੈਨਲ ਨਾਲ ਜੁੜ ਸਕਦੇ ਹੋ ਕਿਉਂਕਿ ਇਸ ਨਾਲ ਸੰਬੰਧਿਤ ਵੀਡੀਓਜ਼ ਸਾਡੇ ਚੈਨਲ ਤੇ ਅਪਲੋਡ ਹਨ ਉਹ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਏ ਜੇ ਮਾਲਵਾ এডਿਕੇਸ਼ਨ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਾਡੇ ਚੈਨਲ ਏਜੇ ਮਾਲਵਾ এডਿਕੇਸ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤੇ ਸਾਡੇ ਚੈਨਲ ਏਜੇ ਮਾਲਵਾ এডਿਕੇਸ਼ਨ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ